بسم اللہ الرحمن الرحیم السلام علیکم میں ਤੁਹਾਡੇ ਨਾਲ ਰੁਬਈਆ ਚੌਧਰੀ ਤੁਸੀਂ ਵੇਖ ਰਹੇ ਹੋ ਪਾਕ ਸ਼ਾਇਨ نیوز ਤੇ ਅੱਜ ਅਸੀਂ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਇੰਡੀਆ ਤੋਂ ਪੰਜਾਬੀ ਸਿੰਗਰ ਜਿਹੜਾ ਕਿ ਬਹੁਤ ਫੇਮਸ ਸੀ ਕੁਝ ਦਿਨ ਪਹਿਲੇ ਉਹਨਾਂ ਦੀ ਡੈਥ ਹੋ ਗਈ ਆ ਇਸ ਟਾਈਮ ਪੂਰੀ ਦੁਨੀਆ ਤੇ ਉਹਨਾਂ ਨੂੰ ਸੁਨਿਆ ਜਾ ਰਿਹਾ ਉਹਨਾਂ ਦੇ ਗਾਣੇ ਸੁਨੇ ਜਾ ਰਹੇ ਉਹਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਇੱਕ ਸਿੰਗਰ ਦੀ ਡੈਥ ਹੋਈ ਆ ਉਹ ਸੱਚ ਦੀ ਗੱਲ ਕਰ ਰਿਹਾ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਕਿ ਇਸ ਦੁਨੀਆ ਦੇ ਵਿੱਚ ਸੱਚ ਬੋਲਣਾ ਜੁਰਮ ਹੋ ਗਿਆ ਵਾ ਤੇ ਅੱਜ ਅਸੀਂ ਐਸੇ ਟੌਪਿਕ ਤੇ ਗੱਲ ਕਰਾਂਗੇ ਮੇਰੇ ਨਾਲ ਐਸੋਲੇ ਮੌਜੂਦ ਆ ਸਰਦਾਰ ਗੁਰਮੀਤ ਸਿੰਘ ਅੱਜ ਅਸੀਂ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦੇ ਮੁਤਲਕ ਜਿਹੜੇ ਕਿ ਇੰਡੀਆ ਤੋਂ ਪੰਜਾਬ ਦੇ ਬਹੁਤ ਫੇਮਸ ਸਿੰਗਰ ਸੀ ਜਿਨ੍ਹਾਂ ਦੀ ਕੁਛ ਦਿਨ ਪਹਿਲੇ ਡੈਥ ਹੋ ਗਈ ਆ ਉਹਨਾਂ ਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ ਕਿ ਐਸ ਟਾਈਮ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਚੱਲ ਰਿਹਾ ਹੈ ਅਸਲਾਮੁਅਲੈਕੁਮ ਵਾਅਲੈਕੁਮ ਅਸਲਾਮ ਇਹ ਕਿ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਮੌਤ ਹੁੰਦੀ ਆ ਉਹਨੂੰ ਮਾਰਿਆ ਜਾਂਦਾ ਔਰ ਅੱਛਾ ਇਹ ਦਿੱਕਤ ਵੀ ਥੋੜਾ ਜਿਹਾ ਕਨਫਿਊਜ਼ਨ ਹੈ ਕਿ ਉਹਨੂੰ ਮਾਰਿਆ ਜਾਣਾ ਕਹਿਣਾ ਚਾਹੀਦਾ ਹੈ ਅ ਇਹਦੇ ਚ ਇਹਦੇ ਚ ਹਜਿੱਤ ਕਨਫਿਊਜ਼ਨ ਹੀ ਹੈ ਦੇਖੋ ਜੇਕਰ ਤੇ ਅਸੀਂ ਉਹ ਧਾਰਮਿਕ ਤੌਰ ਤੇ ਦੇਖੀਏ ਤੇ ਉਹ ਸ਼ਹਾਦਤ ਦਾ ਇੱਕ ਕਨਸੈਪਟ ਆਂਦਾ ਹੈ ਸ਼ਹਾਦਤ ਕਿੱਦਾਂ ਆਂਦੀ ਹੈ ਇਹਦੇ ਤੇ ਗੱਲ ਕਰਦੇ ਆ ਕਿ ਸ਼ਹਾਦਤ ਜਿਹੜੀ ਹੈ ਉਹਨੂੰ ਅਸੀਂ ਇਸ ਤੋਂ ਕਹਿੰਦੇ ਆ ਕਿ ਜਿਹੜੀ ਸਿੱਧੂ ਮੂਸੇ ਵਾਲੇ ਦੀ ਲਾਈਫ ਹੈ ਉਹ ਦੇਖਣੀ ਪਵੇਗੀ ਪਹਿਲਾਂ ਤੇ ਇੱਕ ਗਾਇਕ ਇੱਕ ਸਿੰਗਰ ਜਿਨੇ ਬੜਾ ਦੁਨੀਆ ਤੇ ਫੇਮ ਲਿਆ ਜਿਨੇ ਆਪਣੇ ਗਾਇਕੀ ਦੇ ਜ਼ਰੀਏ ਲੋਕਾਂ ਨੂੰ ਆਪਣਾ ਮੱਦਾ ਬਣਾਇਆ ਪਾਕਿਸਤਾਨ ਇੰਡੀਆ ਔਰ ਦੁਨੀਆ ਭਰ ਦੇ ਜਿਹੜੇ ਪੰਜਾਬੀ ਸੁਣਨ ਵਾਲੇ ਆ ਜਿਹੜੇ ਰੈਪ ਸੁਣਨ ਵਾਲੇ ਆ ਉਹਨਾਂ ਨਾਲ ਅਸੀਂ ਇੱਥੇ ਹੀ ਗੱਲ ਕਰਦੇ ਆ ਕਿ ਉਹਦੀ ਡੈਥ ਹੋਈ ਆ ਕਿ ਮਤਲਬ ਉਹਨੂੰ ਗੋਲੀਆਂ ਇੰਨੀਆਂ ਮਾਰੀਆਂ ਗਈਆਂ ਤੁਹਾਡਾ ਕੀ ਕਹਿਣਾ ਔਰ ਉਪਰੋਂ ਸਭ ਨਾਲ ਵੱਡੀ ਗੱਲ ਆ ਉਸ ਪਿੰਡ ਦੇ ਲੋਕਾਂ ਨੇ ਆ ਕੇ ਉਹਨੂੰ ਕਿਸੇ ਨੇ ਵੀਡੀਓਜ਼ ਆ ਰਹੀਆਂ ਕਿ ਅੱਧਾ ਘੰਟਾ ਗੱਡੀ ਚੋਂ ਨਹੀਂ ਕੱਢਿਆ ਇਹ ਥੋੜੀ ਜਿਹੀ ਨਾ ਇਨਸਾਨਾਂ ਦੀ ਸਾਡੇ ਸਾਡਾ ਪ੍ਰੋਬਲਮ ਹੋ ਗਿਆ ਅੱਜ ਦੇ ਦੌਰ ਦਾ ਅਸੀਂ ਬਹੁਤੀਆਂ ਵੀਡੀਓਜ਼ ਬਣਾਉਂਦੇ ਆ ਅਸੀਂ ਆਪਣੇ ਚੈਨਲਸ ਨੂੰ ਵਾਇਰਲ ਕਰਨਾ ਚਾਹੁੰਦੇ ਆ اور 휴ਮनिटी ਦੇ ਉੱਤੇ ਕੰਮ ਨਹੀਂ ਕਰ ਰਹੇ ਹੁੰਦੇ ਅਸੀਂ ਮਤਲਬ ਬੰਦੇ ਨੂੰ ਪਾਣੀ ਨਹੀਂ ਪਿਆ ਰਹੇ ਹੁੰਦੇ ਲੇਕਿਨ ਉਹਦੀ ਬੇਬਸੀ ਦਾ ਨਜ਼ਾਰਾ ਦੁਨੀਆ ਨੂੰ ਦਿਖਾਣਾ ਚਾ ਰਹੇ ਹੁੰਦੇ ਮਤਲਬ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਆ ਇਹ ਨੂੰ ਕਹਿ ਸਕਦੇ ਨੇ ਲੇਕਿਨ ਲੋਕਾਂ ਦਾ ਸਿਰਫ ਇੰਟਰਸਟ ਜਿਹੜਾ ਨਾ ਆਪਣੇ ਵਿਊਜ਼ ਦੇ ਉੱਤੇ ਬਹੁਤ ਹੋ ਗਿਆ ਕਿ ਸਾਡੀ ਵੀਡੀਓ ਜਿਹੜੀ ਹੈ ਪਹਿਲੀ ਵਾਇਰਲ ਹੋ ਜਾਵੇ ਸਾਰਾ ਸਾਰਾ ਕੁਝ ਹੋ ਜਾਵੇ ਔਰ ਰੇਟਿੰਗ ਆ ਜਾਵੇ ਪੈਸਾ ਵੀ ਆ ਜਾਵੇ ਲੇਕਿਨ ਉਹ ਤਾਂ ਬਹੁਤ ਹੀ ਮਸ਼ਹੂਰੀ ਦੀ ਗੱਲ ਕਰਦੇ ਆ ਕਿ ਸਾਡੇ ਕੋਲ ਪਹਿਲਾ ਵੀਡੀਓ ਆਈ ਸੋ ਇਸ ਵੀਡੀਓ ਦੇ ਚੱਕਰ 'ਚ ਬੰਦਾ ਮਾਰ ਦਿੱਤਾ ਉਦੋਂ ਸਭ ਨਾਲ ਪਹਿਲੇ ਆਈ ਹੋਇਆ ਕਿ ਉਹਦੇ ਮਰਨ ਤੋਂ ਬਾਅਦ ਨਾ ਹਾਲਾਂਕਿ ਉਹ ਜ਼ਿੰਦਾ ਸੀ ਉਸ ਸਮੇਂ ਨੂੰ ਸਾਹ ਆ ਰਹੇ ਸੀ ਜਦੋਂ ਲੋਕਾਂ ਨੇ ਆ ਕੇ ਤਸਵੀਰਾਂ ਲੈਣੀਆਂ ਸ਼ੁਰੂ ਕਰ ਲਈਆਂ ਵੀਡੀਓਜ਼ ਬਣਾਉਣਾ ਸਭ ਨੂੰ ਪਤਾ ਸੀ ਬਹੁਤ ਵੱਡਾ ਸਿੰਗਲ ਆਇਆ ਸੀ ਐਸੀ ਵੀਡੀਓਜ਼ ਆਈਆਂ ਨੇ ਜਿਹੜੀਆਂ ਜਿਹੜੀਆਂ ਜੋ ਚ ਸਾਹ ਲੈ ਰਿਆ ਜੀ ਜ਼ਿੰਦਾ ਲੋਕਾਂ ਦਾ ਕਹਿਣਾ ਵੀਡੀਓ ਦੇ ਮੁਤਾਬਕ ਸੀ ਉੱਥੇ ਇੱਕ ਮੁੰਡੇ ਨੇ ਬਿਆਨ ਦਿੱਤਾ ਉਸੇ ਪਿੰਡ ਦੇ ਨੇ ਉਹਨੇ ਕਿਹਾ ਕਿ ਮੈਂ ਆਪ ਜਦੋਂ ਆਇਆ ਉਹ ਤੋਂ ਸਿੱਧੂ ਮੂਸਾ ਨੂੰ ਸਾਹ ਆ ਰਹੇ ਸੀਗੇ ਉਹਦਾ ਘੰਟਾ ਜ਼ਿੰਦਾ ਰਿਆ ਕਿਸੇ ਨੇ ਉਹਨੂੰ ਗੱਡੀ ਚੋਂ ਨਹੀਂ ਕੱਢਿਆ ਇਹ ਮਰੀ ਗੱਲ ਆ ਦੇਖੋ ਇਸ ਗੱਲ ਦੇ ਉੱਤੇ ਨਾ ਇਸ ਗੱਲ ਦੇ ਉੱਤੇ ਸਾਨੂੰ ਸਾਰਿਆਂ ਨੂੰ ਜਿਹੜੇ ਸੀ ਸਾਡੇ ਚੈਨਲ ਦੇਖ ਰਹੇ ਨੇ ਸਿਰਫ ਬਹੁਤ ਸਾਰੀਆਂ ਗੱਲਾਂ ਦੇਖ ਰਹੇ ਨੇ ਵੀਡੀਓ ਬਣਾਣੀ ਠੀਕ ਹੈ ਕੋਈ ਇੱਕ ਬਣਾ ਲਵੇ ਲੇਕਿਨ ਅਗਰ ਕੋਈ ਉੱਥੇ ਐਸਾ ਵੀਡੀਓ ਬਣਾਉਣ ਵਾਲਾ ਨਹੀਂ ਹੈਗਾ ਤੇ ਤੁਸੀਂ ਕਮਸ ਕਮ ਬੰਦਾ ਤੇ ਬਚਾਓ ਯਾਰ ਕਿਉਂਕਿ ਇੰਜ ਬਹੁਤ ਸਾਰੇ ਐਕਸੀਡੈਂਟਸ ਹੁੰਦੇ ਨੇ ਬਹੁਤ ਸਾਰੀ ਜਗ੍ਹਾਸ ਐਸੀ ਦੇ ਹਾਂ ਸਾਡੇ ਪੰਜਾਬ 'ਚ ਕੁਝ ਦਿਨ ਪਹਿਲੇ ਦਾ ਵਾਕਿਆ ਸੀਗਾ ਕਿ ਵਲੀਮੇ ਦਾ ਖਾਣਾ ਚੱਲ ਰਿਹਾ ਸੀ ਤੇ ਲਾਗੇ ਇੱਕ ਲਾਸ਼ ਪਈ ਸੀ ਕਿਸੇ ਨੇ ਨਹੀਂ ਵੇਖਿਆ ਉਸ ਸਿਨੈਰੀਓ ਸਮਥਿੰਗ ਐਲਸ ਲੇਕਿਨ ਇਹ ਸਿਨੈਰੀਓ ਕੁਝ ਹੋ ਰਿਹਾ ਹੈ ਨਹੀਂ ਗੱਲ ਆ ਕਿ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਗੱਲ ਇਨਸਾਨੀਅਤ ਦੀ ਹੋ ਰਹੀ ਕਿ ਉਹ ਵੀ ਲਾਸ਼ ਸਾਹਮਣੇ ਪਈ ਸੀ ਇੱਧਰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣੇ ਆਪਣੇ ਫੇਮ ਦੀ ਗੱਲ ਕੀਤੀ ਕਿ ਮੈਂ ਫੇਮਸ ਹੋ ਜਾਵਾਂ ਬਿਲਕੁਲ ਠੀਕ ਹੈ ਅੱਛਾ ਹੁਣ ਅਸੀਂ ਗੱਲ ਕਰਦੇ ਹਾਂ ਕਿ ਸਿੱਧੂ ਮੂਸੇਵਾਲੇ ਦਾ ਪਹਿਲੀ ਗੱਲ ਇਹ ਹੈ ਕਿ ਸਿੱਧੂ ਮੂਸੇ ਵਾਲਾ ਬਹੁਤ سارے ਲੋਕਾਂ ਦੇ ਉਹਦੇ ਫੈਨ ਆ ਉਹਦੇ ਬਹੁਤ ਫੈਂਸੀ ਦੇਖੋ ਉਹਦੇ ਨਾਲ ਨਾਲ ਅਸੀਂ ਇਹ ਤਾਂ ਇੱਕ ਇੱਕ ਨਿੰਦਿਆ ਵੀ ਕਰਦੇ ਰਹੇ ਆ ਨਿੰਦਿਆ ਇਸ ਤੋਂ ਕਰਦੇ ਰਹੇ ਆ ਕਿ ਉਹ ਜਿਹੜਾ ਕਲਚਰ ਗਨ ਕਲਚਰ ਪ੍ਰਮੋਟ ਕਰ ਰਿਹਾ ਸੀ ਉਹ ਮਾੜੀ ਗੱਲ ਸੀ ਹਥਿਆਰ ਵਗੈਰਾ ਕਾਫੀ ਜ਼ਿਆਦਾ ਪਰ ਦੇਖੋ ਬਹੁਤ سارے ਛੋਟੇ ਉਮਰ ਦੇ ਬੱਚੇ ਮੇਰਾ ਛੋਟੀ ਉਮਰ ਦਾ ਬੇਟਾ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਗਨ ਰੱਖਣ ਦੀ ਕੋਸ਼ਿਸ਼ ਕਰਦਾ ਸੀ ਕਹਿੰਦਾ ਸੀ ਮੈਂ ਗੰਗ ਬਦਮਾਸ਼ੀ ਦੇ ਚੱਕਰ ਦੇ ਵਿੱਚ ਆਣਾ ਉਹ ਗੈਂਗਸਟਰ ਬਣਨ ਦੀ ਖਾਹਿਸ਼ ਪੈਦਾ ਹੋਣਾ ਜੋ ਤੱਕ ਧਾਰਮਿਕ ਤੌਰ ਤੇ ਗੱਲ ਹੈ ਤਾਂ ਸਾਨੂੰ ਸ਼ਸਤਰ ਰੱਖਣ ਦੀ ਇਜਾਜ਼ਤ ਹੈ ਸਾਡੇ ਸ਼ਸਤਰ ਨੂੰ ਸਾਨੂੰ ਇੱਕ ਅਹਿਮ ਕੀਤਾ ਗਿਆ ਹਥਿਆਰ ਰੱਖਣੇ ਚਾਹੀਦੇ ਪਰ ਉਹ ਸੈਲਫ ਡਿਫੈਂਸ ਦੀ ਹੱਦ ਤੱਕ ਉਹਦੀ ਪ੍ਰੋਮੋਸ਼ਨ ਜਿਸ ਤਰ੍ਹਾਂ ਕੀਤੀ ਜਾਂਦੀ ਉਹ ਉਹ ਮੇਰੇ ਕੰਮ ਨਹੀਂ ਜਾਂਦੀ ਆ ਹੁਣ ਅਸੀਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੀ ਮੌਤ ਦੇ ਮਤਲਬਕ ਕੀ ਉਹਦੀ ਵਜ੍ਹਾ ਕੀ ਸੀ ਸਿੱਧੂ ਮੂਸੇਵਾਲੇ ਨੂੰ ਕਿਉਂ ਮਾਰ ਦਿੱਤਾ ਗਿਆ ਦੇਖੋ ਇਹ ਵਜ੍ਹਾ ਤੇ ਜਿਹੜੀ ਨਜ਼ਰ ਆਉਂਦੀ ਹੈ ਨਾ ਉਹ ਤਾਂ ਸਿਰਫ ਸਿੰਪਲ ਇੱਕ ਹੈ ਕਿ ਤੁਹਾਡੇ ਗੈਂਗਸਟਰਸ ਨੇ ਆਪਣੇ ਕਿਸੇ ਦੁਸ਼ਮਣੀ ਦੇ ਉਤੋਂ ਕਤਲ ਕੀਤਾ ਗਿਆ لیکن ਇਹਨੂੰ ਥੋੜਾ ਜਿਹਾ ਨਾ ਸਾਹਮਣੇ ਰੱਖਣ ਦੀ ਲੋੜ ਹੈ ਦੀਪ ਸਿੱਧੂ ਨੂੰ ਵੀ ਤੇ ਸਿੱਧੂ ਮੂਸੇ ਵਾਲੇ ਨੂੰ ਵੀ ਤੇ ਪਿਛਲੇ ਵੀ ਜਿਹੜੀਆਂ ਗੱਲਾਂ ਸਾਰੀਆਂ ਚੱਲ ਰਹੀਆਂ ਜਿਹੜਾ ਖਾਲਸਾਤਾਨ ਦੀ ਮੂਵਮੈਂਟ ਦੀ ਗੱਲ ਕਰਦਾ ਹੈ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਗੱਲ ਕਰਦਾ ਹੈ ਜਿਹੜੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਗੱਲ ਕਰਦਾ ਹੈ ਜਿਹੜੇ ਆਪਣੀ ਹੋਣ ਦੀ ਗੱਲ ਕਰਦਾ ਹੈ ਆਪਣੀ ਆਈਡੈਂਟੀਟੀ ਦੀ ਗੱਲ ਕਰਦਾ ਹੈ ਜਿਹੜਾ ਕਹਿੰਦਾ ਖਾਲਸਾਤਾਨ ਹੋਣਾ ਚਾਹੀਦਾ ਉਹ ਮਾਰਿਆ ਜਾਂਦਾ ਦੀਪ ਸਿੱਧੂ ਤੇ ਬਾਰੇ ਗੱਲ ਕਰੀਏ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਅੰਦਲਨ ਦੇ ਵਿੱਚ ਉਸ ਬੰਦੇ ਨੇ ਕਿੱਡਾ ਮੋਟੀਵੇਸ਼ਨਲ ਰੋਲ ਪਲੇ ਕੀਤਾ ਉਹਨਾਂ ਨੇ ਨੌਜਵਾਨਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਫਿਰ ਇੱਕ ਦਿਨ ਪਤਾ ਚੱਲਦਾ ਕਿ ਜਨਾਬ ਐਕਸੀਡੈਂਟ ਦੇ ਵਿੱਚ ਦੀਪ ਸਿੱਧੂ ਮਾਰਿਆ ਗਿਆ ਬੜੀ ਅਜੀਬ ਗੱਲ ਹੈ ਮਤਲਬ ਜਦੋਂ ਤੁਸੀਂ ਖਾਲਸਾਤਾਨ ਦੀ ਗੱਲ ਕਰੋਗੇ ਜਦੋਂ ਤੁਸੀਂ ਆਪਣੇ ਆਪਣੇ ਹੱਕਾਂ ਦੀ ਗੱਲ ਕਰੋਗੇ ਜਦੋਂ ਤੁਸੀਂ ਗੱਲ ਕਰੋਗੇ ਕਿ ਜਨਾਬ ਸੰਜਨੈਲ ਸਿੰਘ ਪਿੰਡਰਾਲੇ ਨੂੰ ਅਸੀਂ ਅਤੰਕਵਾਦੀ ਨਹੀਂ ਮੰਨਦੇ دہشتਗਰਦ ਨਹੀਂ ਮੰਨਦੇ ਉਹਦੀ ਤੁਹਾਡੀ ਮੌਤ ਹੁੰਦੀ ਹੈ ਸਿਦੂ ਮੂਜ਼ਾ ਵਾਲੇ ਦਾ ਵੀ ਸੇਮ ਸਟੋਰੀ ਹੈ ਤੁਸੀਂ ਔਨ 에ਅਰ ਦੇ ਉੱਤੇ ਜਿਹੜੀ ਇਹਨਾਂ ਦੀ ਇੰਟਰਵਿਊ ਆਖਰੀ ਚੱਲੇ ਉਹਨਾਂ ਨੇ ਬੜਾ ਕਲੀਅਰ ਕੀਤਾ ਹੈ ਉਹਨੇ ਕਿਹਾ ਕਿ ਸੰਜਨਦਰ ਸਿੰਘ ਨੂੰ ਤੁਸੀਂ ਕੀ ਦਸ਼ਤਗਰਦ ਜਾਂ ਆਤੰਕਵਾਦੀ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਮੰਨਦੇ ਉਹਨੇ ਕਿਹਾ ਆਤੰਕਵਾਦੀ ਕਿਸ ਤਰ੍ਹਾਂ ਹੈ ਜਿਹੜਾ ਖਾਲਸਾ ਰਾਜ ਦੀ ਗੱਲ ਕਰਦਾ ਹੈ ਜਿਹੜਾ ਖਾਲਸਾ ਖਾਲਸਪਨ ਦੀ ਗੱਲ ਕਰਦਾ ਹੈ ਖਾਲਸਪਨ ਦਾ ਮਤਲਬ ਬੜਾ ਸੋਣਾ ਸਮਝਾਇਆ ਕਿ ਖਾਲਸ ਲੋਕਾਂ ਦੇ ਰਹਿਣ ਦੇ ਥਾਂ ਉਹਦੇ ਚ ਕੋਈ ਇੱਕ ਧਰਮ ਦੀ ਗੱਲ ਨਹੀਂ ਕੀਤੀ ਗਈ ਕਿ ਜਿ ਸਿਰਫ ਸਿੱਖ ਹੀ ਰਹਿਣਗੇ ਨਹੀਂ ਸਾਰੇ ਮੁਸਲਮਾਨ ਹਿੰਦੂ 크ਰਿਸਚਨ ਸਿੱਖ ਜਿਹੜੇ ਵੀ ਹੈ ਲੇਕਿਨ ਉਸ ਪਿਓਰ ਲੈਂਡ ਦੇ ਉੱਤੇ ਗੱਲ ਕੀਤੀ ਗਈ ਹੈ ਪਿਓਰ ਲੈਂਡ ਤੇ ਰਹਿਣ ਦੀ ਗੱਲ ਕੀਤੀ ਗਈ ਹੈ ਖਾਲਸਾਤਾਂ ਦੀ ਗੱਲ ਕੀਤੀ ਗਈ ਹੈ ਇਸ ਨੂੰ ਜੋੜ ਦਿੱਤਾ ਜਾਂਦਾ ਹੈ ਫਿਰ ਜਨ ਨਾਲ ਤੁਹਾਡੀ ਮੌਤ ਦੇ ਨਾਲ ਕਿ ਭਾਈ ਇਹ ਗੱਲ ਕਰਨ ਵਾਲਾ ਹੀ ਕੋਈ ਨਾ ਰਵੇ ਸੋ ਮੇਰਾ ਖਿਆਲ ਹੈ ਦੀਪ ਸਿੱਧੂ ਨੂੰ ਔਰ ਖਲ ਆਪਣਾ ਸੁਸ਼ਧੂ ਮੂਸੇ ਵਾਲੇ ਨੂੰ ਇਹਨਾਂ ਦੀ ਮੌਤ ਨੂੰ ਸਾਹਮਣੇ ਰੱਖ ਕੇ ਦੇਖਣਾ ਚਾਹੀਦਾ ਹੈ ਔਰ ਅੱਜ ਦੇ ਨੌਜਵਾਨ ਉਹ ਜਿਹੜਾ ਪੰਜਾਬ 'ਚ ਵੱਸਦਾ ਜਿਹੜਾ ਪੰਜਾਬੋਂ ਬਾਹਰ ਵੱਸਦਾ ਸੋਚਣ ਦੀ ਗੱਲ ਹੈ ਆਪਣੇ ਹੱਕ ਮੰਗਣ ਵਾਲਿਆਂ ਨੂੰ ਕੀ ਮਾਰ ਦਿੱਤਾ ਜਾਏਗਾ ਤੇ ਜੇ ਮਾਰ ਦਿੱਤਾ ਜਾਏਗਾ ਤੇ ਕੀ ਰੋਜ਼ ਰੋਜ਼ ਦੀਪ ਸਿੱਧੂ ਵੀ ਪੈਦਾ ਹੋਣਗੇ ਤੇ ਰੋਜ਼ ਰੋਜ਼ ਸਿੱਧੂ ਮੂਸੇ ਵਾਲੇ ਵੀ ਪੈਦਾ ਹੋਣਗੇ ਬਿਲਕੁਲ ਕਿ ਜਿੱਥੇ ਆਪਣਾ ਹੱਕ ਮੰਗਦੇ ਉਹਥੇ ਕੋਈ ਨਾ ਕੋਈ ਤੁਹਾਡਾ ਕਾਤਲ ਬਣ ਕੇ ਖੜਾ ਹੋ ਜਾਂਦਾ ਵਾ ਕਿ ਹੱਕ ਨਹੀਂ ਮਿਲਣਾ ਤੁਹਾਡੀ ਜਾਨ ਲੈ ਲੈਣੀ ਆ ਉਹਨਾਂ ਨੇ ਦੇਖੋ ਉਥੇ ਦੀ ਏਜੰਸੀਜ਼ ਨੇ ਤਾਂ ਉਹਦੀ ਗਵਰਨਮੈਂਟ ਦੀ ਬੜੀ ਵੱਡੀ ਗੱਲ ਹੈ ਔਰ ਮੈਨੂੰ ਵੀ ਇਹ ਵੀ ਨਹੀਂ ਲੱਗਦਾ ਕਿ ਜਿਹੜਾ ਕਹਿੰਦੇ ਸਿਕਿਉਰਿਟੀ ਲੈ ਲਈ ਗਈ ਯਸਰ ਇਹ ਸਾਰੀਆਂ ਚੀਜ਼ਾਂ ਤੇ ਕਿਸੇ ਖੇਡ ਦਾ ਸ਼ਤਰੰਜ ਦਾ ਮਤਲਬ ਸਿੱਧੂ ਮੂਸੇਵਾਲੇ ਨੂੰ ਵੀ ਪਹਿਲੇ ਵੀ ਪਤਾ ਸੀਗਾ ਕਿ ਮੈਨੂੰ ਮਾਰ ਦਿੱਤਾ ਜਾਣਾ ਉਹਨੇ ਕੁਝ ਦਿਨ ਪਹਿਲੇ ਇੱਕ ਦੋ ਉਹਦੇ ਗਾਣੇ ਵੀ ਆਏ ਜਿਦੇ ਵਿੱਚ ਉਹਨੇ ਜ਼ਿਕਰ ਕੀਤਾ ਕਿ ਜਵਾਨੀ ਵਿੱਚ ਮਾਰ ਦਿੱਤਾ ਜਾਵਾਂਗੇ ਤੋਂ ਇਲਾਵਾ ਮੇਰੇ ਖਿਆਲ ਜੋਨੇ ਇੰਟਰਵਿਊ ਚ ਵੀ ਕਿਸੇ ਨੂੰ ਕਿਹਾ ਕਿ ਮਨਸ਼ਾਕਾ ਮੈਨੂੰ ਮਾਰ ਦਿੱਤਾ ਜਾਏਗਾ ਦੇਖੋ ਇਹ ਹਰ ਉਸ ਬੰਦੇ ਨੂੰ ਸ਼ੱਕ ਹੁੰਦਾ ਹੈ ਜਿਹੜਾ ਨਿਕਲਾ ਦੀ ਗੱਲ ਕਰਦੇ ਮਤਲਬ ਡਟ ਕੇ ਖੜਾ ਹੋ ਜਾਂਦਾ ਵਾ ਆਪਣੇ ਆਪੋਜੀਸ਼ਨ ਚ ਬਹੁਤ ਬੰਦੇ ਖੜੇ ਕਾਲਾ ਹੋਣ ਲੱਗ ਪੰਦਾ ਕਿ ਹੁਣ ਮੇਰਾ ਨਾ ਇਥੇ ਮੇਰੇ ਖਿਲਾਫ ਖੜੇ ਹੋਣ ਲੱਗ ਪਏ ਤੇ ਮੁਕਾਬਲਾ ਮੁਸ਼ਕਲ ਵੀ ਹੋ ਸਕਦਾ ਹੈ ਟੈਕਨੀਕਲੀ ਇਹਨੂੰ ਸਿਰਫ ਨਿੱਕੇ ਨਿੱਕੇ ਗੱਲਾਂ ਦੇ ਤੇ ਨਾ ਕਿ Imran Khan ਦੀ ਗੱਲ ਕਰਦੇ ਤੂੰ ਵੀ ਤੇ ਕਹਿੰਦਾ ਨਾ ਕਿ ਮੈਨੂੰ ਮਾਰ ਦਿੱਤਾ ਜਾਏ ਕੋ ਪਤਾ ਕਿਉਂਕਿ ਜੇ ਦਾ ਮੁਖਾਲਫ ਬਹੁਤ ਜ਼ਿਆਦਾ ਜੁਲਿਸ ਸਾਮਰਾਜੀ ਕੂਵਤਾ ਹੁੰਦੀਆਂ ਨੇ ਜਿਨ੍ਹਾਂ ਦੀ ਮਨੋਪਲੀ ਹੁੰਦੀ ਹੈ ਉਹ ਕਦੀ ਨਹੀਂ ਚੰ ਦੇ ਕੇ ਐਸਾ ਬੰਦਾ ਸੇਰ ਕੱਢੇ ਜਿਹੜਾ ਉਹਨਾਂ ਦੀਆਂ ਉਹ ਸਚਾਈਆਂ ਨੂੰ ਸਾਹਮਣੇ ਲਿਆਏ ਉਹਨਾਂ ਦੀਆਂ ਪਾਲਿਸੀਜ਼ ਨੂੰ ਸਾਹਮਣੇ ਲਿਆਏ ਉਹਨਾਂ ਦੇ ਜ਼ੁਲਮ ਦੇ ਇਕਾਈਆਂ ਨੂੰ ਸਾਹਮਣੇ ਲਿਆਏ ਉਹ ਲਿਆਂਦੇ ਹੋਏ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰੇ ਸਿੱਧੂ ਮੂਸੇਵਾਲੇ ਦੀ ਇੱਕ ਅੱਛੀ ਗੱਲ ਜਿਹੜੀ ਸੀ ਆਪਣੇ ਗੀਤਾਂ ਰਾਹੀਂ ਕਿਉਂਕਿ ਇਹਦੀ ਫੈਨਫੋਲਵਿੰਗ ਬਹੁਤ ਹੈ ਜਿਹਦੀ ਫੈਨਫੋਲਵਿੰਗ ਬਹੁਤ ਹੈ ਉਹ ਆਪਣੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾ ਸਕਦਾ ਹੈ ਉਹ ਜਦੋਂ ਲੋਕਾਂ ਤੱਕ ਪਹੁੰਚਾਏਗਾ ਤੇ ਹਕੀਕਤ ਲੋਕਾਂ ਤੱਕ ਪਹੁੰਚੇਗੀ ਸੋ ਇਸ ਜ਼ੁਲਮ ਨੂੰ ਦਾ ਜਿਹੜਾ ਖਲਾਰਤ ਦੇਣਾ ਇਹਨੂੰ ਵਿਸਥਾਰ ਕੇ ਦੱਸਣਾ ਔਰ ਦੱਸਣਾ ਕਿ ਸਾਡੇ ਨਾਲ ਕੀ ਹੋ ਰਿਹਾ ਇਹ ਬਹੁਤ ਅਹਿਮ ਗੱਲ ਹੈ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਦੇ ਨਾਲ ਲੋਕਾਂ ਨੂੰ ਬਹੁਤ ਕੁਝ ਇਨਫੋਰਮੇਸ਼ਨ ਵੀ ਦਿੰਦਾ ਰਿਹਾ ਹਰ ਟੌਪਿਕ ਤੇ ਉਹਨੇ ਆਪਣੇ ਗਾਣੇ ਦੇ ਵਿੱਚ ਗੱਲ ਕੀਤੀ ਆ ਬੇਸ਼ੱਕ ਉਹਨੇ ਸਿੰਗਿੰਗ ਦੇ ਨਾਲ ਕੀਤੀ ਆ ਕਿ ਗੱਲ ਉਹਨੇ ਹਰ ਗਾਣੇ 'ਤੇ ਕੀਤੀ ਆ ਇਹ ਦੁਨੀਆ ਇੰਝ ਦੀ ਚੱਲ ਰਹੀ ਆ ਕਿ ਤੁਸੀਂ ਅਗਰ ਸੱਚ ਦਾ ਸਾਥ ਦੇਣ ਟੁਰੂਗੇ ਤੇ ਲੋਕੀ ਤੁਹਾਡੇ ਨਾਲ ਨਹੀਂ ਤੁਰੂਗੇ ਤੁਹਾਡੇ ਖਿਲਾਫ ਖੜੇ ਹੋ ਜਾਣਗੇ ਤੇ ਤੁਹਾਨੂੰ ਲੱਗਣ ਲੱਗ ਪੈਣਾ ਕਿ ਬਸ ਹੁਣ ਕੁਝ ਵੀ ਹੋ ਸਕਦਾ ਮੇਰੇ ਨਾਲ ਕਿ ਮੇਰਾ ਕਿਤੇ ਵੀ ਜਾਣਾ ਸਿਕਿਉਰ ਨਹੀਂ ਰਹਿ ਗਿਆ ਬਿਲਕੁਲ ਠੀਕ ਐ ਇੱਕ 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 ਸ਼ੂਗਰ ਕੋਟਡ ਗੱਲ ਐ ਸੱਚ ਹੁਣ ਸੱਚ ਹੈ ਕਿ ਸਾਡਾ ਸਿਲਚ ਇਸ ਬੈਠੇ ਅਸੀਂ ਇਸ ਗੱਲ ਦੀ ਗੂੜ ਕੱਢਾਂਗੇ ਵਿੱਚੋਂ ਕਲੀਅਰ ਕਰਾਂਗੇ ਕਿ ਸੱਚ ਕਿਹੜਾ ਬੋਲਣਾ ਚਾਹੁੰਦਾ ਸੀ ਨਹੀਂ ਇਸ ਸੱਚ ਦੀ ਗੱਲ ਅਗਰ ਕੀਤੀ ਜਾਵੇ ਨਾ ਅੱਜ ਦੇ ਦੌਰ ਚ ਕੋਈ ਵੀ ਨਹੀਂ ਚਾਹੁੰਦਾ ਕਿ ਮੇਰੇ ਬਾਰੇ ਚ ਕੁਝ ਗੱਲ ਇਦਾਂ ਦੀ ਆ ਜਿਹੜੀ ਉਹਨੇ ਲਕੋਈ ਹੋਈ ਆ ਉਹਨੇ ਕੁਝ ਗਲਤ ਕੀਤਾ ਕਿ ਲੋਕੀ ਸਾਹਮਣੇ ਲਾਇਆ ਹੁਣ ਸਪੋਜ਼ ਮੈਂ ਜਾਂ ਮੈਂ ਕਿਸੇ ਦੇ ਬਾਰੇ ਚ ਗੱਲ ਕਰਦੀ ਉਹਦੀ ਹਰ ਤਰ੍ਹਾਂ ਕੋਸ਼ਿਸ਼ ਹੁੰਦੀ ਆ ਕਿ ਮੇਨੂੰ ਜੋਪ ਕਰਾ ਦਿੱਤਾ ਜਾਵੇ ਆ ਗੱਲ ਲੋਕਾਂ ਦੇ ਸਾਹਮਣੇ ਨਾ ਆਵੇ ਐਂ ਜੀ ਸਾਡੇ ਹੋ ਰਿਹਾ ਵਾ ਅੱਜਕੱਲ ਕਿ 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 ਇੱਥੇ ਤਾਂ ਇੱਕ ਕੌਮ ਦੀ ਗੱਲ ਆ ਉਸ ਕੌਮ ਦੀ ਗੱਲ ਹੈ ਜਦੋਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਨਾ ਬੜੀ ਗੂੜੀ ਗੱਲ ਹੈ ਇਸ ਬਾਮਲੇ 'ਚ ਜਦੋਂ ਖਾਲਸਾ ਰਾਜ ਦੀ ਗੱਲ ਕਰਦੇ ਔਰ ਇਹ ਸੱਚ ਨੂੰ ਮੰਨਣਾ ਜਦੋਂ 47 ਤੋਂ ਪਹਿਲਾਂ ਜਿਸ وجہ ਤੋਂ ਗਾਂਧੀ ਜੀ ਨੇ ਸਿੱਖਾਂ ਨੂੰ ਆਪਣੇ ਨਾਲ ਨਾ ਲਾਇਆ ਉਦੋਂ ਤੋਂ ਗੱਲ ਵੀ ਸ਼ੁਰੂ ਹੁੰਦੀ ਹੈ ਕਿ ਕੀ ਕਹਿ ਕੇ ਰਹਿਗੇ ਕਿ ਇੰਡੀਪੈਂਡੈਂਟ ਸਟੇਟ ਦਾ ਮਾਲਕ ਹੋਵੋਗੇ ਤੁਸੀਂ ਸੋ ਖਾਲਸਾ ਰਾਜ ਦੀ ਗੱਲ ਤੋਂ ਉਦੋਂ ਤੋਂ ਵੀ ਸ਼ੁਰੂ ਹੋ ਗਈ ਇੰਡੀਪੈਂਡੈਂਟ ਸਟੇਟ ਦੀ ਗੱਲ ਹੋ ਗਈ ਪੰਜਾਬ ਦੇ ਵੱਖਰੇ ਹੋਣ ਦੀ ਗੱਲ ਹੋ ਗਈ ਇੱਕ ਪੰਜਾਬ ਤੇ ਵੱਡ ਕੇ ਤੇ ਇੱਧਰ ਆ ਗਿਆ ਇਕ ਦੇਖੋ 47 ਵੇਲੇ ਟੋਟੇ ਤੇ ਪੰਜਾਬ ਦੇ ਹੋਏ ਨਾ ਹੋਰ ਕਿੰਨਾਂ ਦੇ ਹੋਏ ਟੋਟੇ ਸੋ ਉਹ ਟੋਟਾ ਜਿਹੜਾ ਚਲਾ ਗਿਆ ਉਧਰਲੇ ਪਾਸੇ ਤੇ ਉਹਨਾਂ ਨੂੰ ਇੰਡੀਪੈਂਡੈਂਟ ਫੇਰ ਨਹੀਂ ਕੀਤਾ ਗਿਆ ਉਹਨਾਂ ਦੀ ਸੌ ਵਾਰੰਟੀ ਦੀ ਗੱਲ ਆ ਗਈ ਉਹਨਾਂ ਦੀ ਆਇਡੈਂਟੀਟੀ ਦੀ ਗੱਲ ਆ ਗਈ ਫਿਰ ਜਦੋਂ ਇਸ ਗੱਲ ਨੂੰ ਲੈ ਕੇ ਸੰਜਨਦਲ ਸਿੰਘ ਪਿੰਡਰ ਵਾਲਿਆਂ ਨੇ ਗਵਾਸ਼ ਚੁੱਕੀ ਤੇ ਖਾਲਸਾਤਾਨ ਦੀ ਗੱਲ ਕੀਤੀ ਤੇ ਆਪਰੇਸ਼ਨ ਬਲੂ ਸਟਾਰ ਹੋਇਆ ਇੰਦਰਾ ਗਾਂਧੀ ਜਿਹੜਾ ਉਹ ਆਪਰੇਸ਼ਨ ਬਲੂ ਸਟਾਰ ਜਿਹੜਾ ਉਹਨਾਂ ਨੇ ਕੀਤਾ ਫਿਰ ਉਸ ਤੋਂ ਬਾਅਦ ਅਨੇਕਾਂ ਸ਼ਹੀਦੀਆਂ ਕੀਤੀਆਂ ਗਈਆਂ ਬਹੁਤ ਲੋਕੀ ਮਾਰੇ ਗਏ ਉਹ ਨੌਜਵਾਨਾਂ ਨੂੰ ਕੱਢ ਕੱਢ ਕੇ ਮਾਰਿਆ ਗਿਆ ਕਈਆਂ ਨੂੰ ਸਿਰਫ ਖਾਲਸਾ ਦਾ ਨਾਂ ਤੇ ਮਾਰਿਆ ਗਿਆ ਤੇ ਕਈ ਖਾਲਸਾਤਨ ਮੂਵਮੈਂਟ ਨੂੰ ਗੱਲ ਕਰਨ ਦੇ ਉੱਤੇ ਮਾਰੇ ਗਏ ਲੇਕਿਨ ਖਾਲਸਾ ਦੀ ਗੱਲ ਤੇ ਹੁੰਦੀ ਰਹਿਣੀ ਹੈ ਮੈਂ ਨਾ ਕਰਾਂਗਾ ਕੋ ਹੋਰ ਕਰੇਗਾ ਮੈਨੂੰ ਮਾਰਦੇ ਹੋਗੇ ਕੋ ਹੋਰ ਕਰੇਗਾ ਕੋ ਨੌਜਵਾਨ ਆਏਗਾ ਇੱਕ ਦਿਨ ਆਏਗਾ ਕਿ ਖਾਲਸਾਤਨ ਬਣ ਕੇ ਰਹੇਗਾ ਅੱਛਾ ਅੱਗੇ ਤੁਹਾਨੂੰ ਕੀ ਲੱਗ ਰਿਹਾ ਕੀ ਹੋਏਗਾ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਆ ਗੱਲ ਹੁਣ ਕਿੱਧਰਲੀ ਸਾਈਡ ਨੂੰ ਜਾਏਗੀ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਾ ਹੁਣ ਆਪਣੇ ਆਪ ਨੂੰ ਦੇਖਣਾ ਪੈਣਾ ਕਿ ਕੀ ਕਰ ਰਹੇ ਨੇ ਜਿਹੜੀ ਗੱਲ ਲਫ਼ਜ਼ ਖਾਲਸਤਾਨ ਹੈ ਕਿ ਉਹਨਾਂ ਤੋਂ ਉਹਦੇ ਤੋਂ ਚੇੜ ਹੋ ਰਹੀ ਏ ਜਾਂ ਫਿਰ ਅਸੀਂ ਖਾਲਸਤਾਨ ਦੀ ਗੱਲ ਕਰਕੇ ਆਪਣੇ ਹੱਕ ਦੀ ਗੱਲ ਕਰੀਏ ਇੱਕ ਵਕਤ ਹੁੰਦਾ ਜਦੋਂ ਕੌਮ ਜਾਗ ਜਾਂਦੀ ਹੈ ਸੋ ਕੌਮ ਨੂੰ ਜਾਗਣਾ ਚਾਹੀਦਾ ਹੈ ਜਿਹੜੀ ਦੁਨੀਆ ਭਰ ਦੇ ਵਿੱਚ ਪੰਜਾਬੀ ਹੈ ਉਹਨਾਂ ਨੂੰ ਵੀ ਔਰ ਜਿਹੜੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸਪੈਸ਼ਲੀ ਹਿੰਦੂਸਤਾਨ ਦੇ ਪਿੱਛੇ ਜਿਹੜਾ ਪੰਜਾਬ ਹੈ ਉਹਦੇ ਵਿੱਚ ਹੀ ਸੋ ਇਹ ਜਿਹੜਾ ਵਿਚਰਿਆ ਪੰਜਾਬ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਉਹਨਾਂ ਆਪਣੇ ਹੱਕ ਦੀ ਗੱਲ ਕਰਨੀ ਪੈਣੀ ਹੈ ਔਰ ਹੱਕ ਦੀ ਗੱਲ ਕਰਾਂਗੇ ਤਾਂ ਫੇਰ ਹੀ ਹੈ ਵੇਖਾਂਗੇ ਅੱਗੋਂ ਹੋ ਸਕਦਾ ਕਿਸੇ ਹੋਰ ਦੇ ਸ਼ਹੀਦੀ ਹੋਏ ਜਿਹੜਾ ਉਹ ਵੀ ਖਾਲਸਾਣ ਦੀ ਗੱਲ ਕਰਦਾ ਹੋਵੇ ਕਿ ਅਸੀਂ ਸ਼ਹੀਦੀਆਂ ਤੋਂ ਡਰਨ ਵਾਲੇ ਆ ਮੰਗਰ ਮੈਂ ਸਮਝਦਾ ਕਿ ਸ਼ੇਰਾਂ ਨੂੰ ਡਰਨ ਦੀ ਲੋੜ ਨਹੀਂ ਹੈ ਸਾਡੀ ਕੌਮ ਦਾ ਇਤਿਹਾਸ ਹੈ ਕਿ ਅਸੀਂ ਬੇਸ਼ੁਮਾਰ ਸ਼ਹੀਦियां ਦਿੱਤੀਆਂ ਅਸੀਂ ਸ਼ਹੀਦਾਂ ਦੇ ਪੁੱਤ ਹਾਂ ਸੋ ਇਸ ਵੱਡੀ ਗੱਲ ਨਹੀਂ ਹੈ ਜਾਨਣਾ ਇਨੀ ਕੀਮਤੀ ਨਹੀਂ ਹੈ ਕੌਮ ਦੀ ਅਣਖ ਬਹੁਤ ਜ਼ਰੂਰੀ ਹੈ ਕਿ ਸਾਨੂੰ ਆਪਣੇ ਹੱਕ ਦੀ ਗੱਲ ਕਰਨੇ ਚਾਹੀਦੀ ਹੈ ਆਪਣੇ ਹੱਕ ਵਾਸਤੇ ਲੜਨਾ ਚਾਹੀਦਾ ਵਾ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਦੁਬਾਰਾ ਆਵਾਂਗੇ ਇੱਕ ਨਵਾਂ ਟੌਪਿਕ ਲੈ ਕੇ ਆਵਾਂਗੇ ਉਹਦੇ ਉੱਤੇ ਗੱਲ ਕਰਾਂਗੇ ਤੇ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ ਅੱਲਾ ਨਿਗਹਿਬਾਨ